वृद्धाश्रम पादरा में 14 दिन तक चलेगा भंडारा। हर साल की तरह इस साल भी श्री नीलकंठ महादेव संघ द्वारा लाला ब्रिजलाल मेमोरियल वृद्ध आश्रम पातरा में संस्था के अध्यक्ष राजकुमार की देखरेख में 29वें भंडारे की शुरुआत की गई। भंडारा 14 अगस्त तक चलेगा। इसका शुभारंभ खाटू श्याम मंदिर पातरा के अध्यक्ष राजकुमार सिंघला ने किया। ध्वजारोहण की रस्म नगर काउंसिल के अध्यक्ष रणवीर सिंह ने की। संजीव सिंह संत महात्मा कल्याणपालगढ़। अंदर उन्हें ले जाओ। कोई नहीं, उन्हें करनी है। जय करे माँ नाना देवी जी दा। बोल साजे दरबार की जय। जय करे बाबा छोटे रे दा। बोल साजे दरबार की जय। करे खाटू श्याम बाबा का। बोल साजे दरबार। ਆਯੋ ਪ੍ਰਧਾਨ ਜੀ ਕਿ ਨਾ ਪ੍ਰਧਾਨ ਜੀ ਆਲਾ ਜੀ ਬਣਾ ਕਿੰਨੇ ਚੱਲੇ ਜੀ ਆਹ ਮਾਸ਼ਰਾ ਵੱਲਾ ਬਹੁਤ ਮਾਤੇ ਪ੍ਰਵਾਦ ਕੀ ਜੈ ਕਰੀਸ਼ਨਿਮ ईश्वरी सर भूतानां तामे उपविश्यम्मा चावली ओमक्ता सुरश्रेष्ठा कुंकुंता सोविता मया निवेदिता भक्ता गृहाणं परमेश्वर माल्यादिनीषु गन्धेनी माल्यादिनी वै प्रभो मया हतानि पुष्पाणि पूजार्थं प्रतिभूमियाहावलिनीजा अफलाः पुष्पयाः पुष्पिणी बृहस्पति प्रसूस्ता मुञ्चन् तमसा ऋतुफलं समर्पयामि मा नयनादेव्यै नमो नमः। లోకిలైచీ పుంగీఫలం వయాతిక్యం నానావలితలేరితమ్మాచూర్ణ సంయుక్తం తాంబులం ప్రతిగృహ్యతమ్మ పుంగీఫలం సమర్పయామి మా నేనాదేవ్యై నమః ప్రార్థనా కరోమి। ఓం భగవతి భగత కీ భగతి కరో పరవాన తుమ్ హమ్కే కర దో హమరే వేపన బాలక జాన కర చింతపురణి చింత మేరీ దూర ज्वाला जलना ईर्षा वश्चह मिटाना कर कृपा चाम देवे नमो नमः। सर्व मंगल मांगल्ये शिवे सर्वार्थ साधके शरणे त्र्यंबके गौरे नारायणे नमोस्तुते भुजनेना देवी मया की जय। ओम गंधद्वारांगरादर्शां वित्तपुष्टां करीशनिम्मा ईश्वरीं सर्वभूतानां तामेवोपवेश्यम्मा ओम अक्षता चतुरश्रेष्ठा कुमकुमता स्तुविता मया निवेदिता भक्त्या गृहाणं परमेश्वर दुर्गादेव्यै नमः। राशक्ति जलम्बिकायै नमो नमः। बोली दुर्गा जयकाराय ज्वाला मैयादिदा भोर साचे दरबार की जयकाराय।
भगवान की जय हो। ਗੁਰੂ ਜੀ ਮਹਾਰਾਜ ਜੀ ਤਲਵਾਰ ਵਾਲੇ ਸੰਤਾਂ ਦੇ ਫਾਹ ਕੇ ਪਦ ਨਾਲ ਜੋ ਲੰਗਰ ਹੈ ਉਹ ਸਮੁੱਚੀ ਕਮੇਟੀ ਜਾ ਰਹੀ ਹੈ, ਉਹਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਫਿਰ ਦੁਬਾਰਾ ਜਿੰਨੀ ਵੀ ਸਮੁੱਚੀ ਟੀਮ ਆਈ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਮੈਂ ਸੁਰਿੰਦਰ ਪੈਣ ਜੀ ਨੂੰ ਬੇਨਤੀ ਕਰਾਂਗਾ ਦੋ ਸ਼ਬਦ ਵਾਲੀ ਦਰਬਾਰ ਕੀ ਜੈ। ਬਹੁਤ ਹੀ ਖੁਸ਼ੀਆਂ ਭਰਾ ਆਉਂਦੇ ਨੇ ਕਿਉਂਕਿ ਜੋ ਸੰਸਥਾ ਨੀਲਕੰਠ ਮਹਾਦੇਵ ਸੰਘ ਹਰ ਸਾਲ ਮਹਾਮਾਰੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਲੰਗਰ ਦੀ ਸੇਵਾ ਕਰਦੀ ਹੈ। ਸੋ ਸਾਰੇ ਇਸ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ, ਪ੍ਰਧਾਨ ਸਾਹਿਬਾਨ ਨੇ, ਬਹੁਤ ਬਹੁਤ ਵਧਾਈ ਦੇ ਪਾਤਰ ਨੇ। ਸਾਹਿਬ ਦੇ ਪ੍ਰਮੁੱਖ ਸ਼ਹੀਦਾਂ ਨੇ ਇੱਥੇ ਅੱਜ ਆਪਣੀ ਮਾਤਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਹੈ। ਸੋ ਸਾਰੇ ਹੀ ਵਧਾਈ ਦੇ ਪਾਤਰ ਨੇ। ਸੋ ਤੁਸੀਂ ਵਿਸ਼ੇਸ਼ ਤੌਰ 'ਤੇ ਆਪਣੇ ਟਾਈਮ ਕੱਢ ਕੇ ਉੱਥੇ ਮਾਤਾ ਦੇ ਚਰਨਾਂ ਹਾਜ਼ਰੀ ਲਵਾਉਣ ਪਹੁੰਚਿਓ, ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚਿਓ। ਇਸ ਸ਼ੁਭ ਅਵਸਰ ਦੇ ਉੱਤੇ ਮੈਂ ਤੁਹਾਨੂੰ ਸਾਹਿਬ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਔਰ ਮਾਤਾ ਜੀ ਦੇ ਚਰਨਾਂ ਦੇ ਵਿੱਚ ਇੱਕੋ ਹੀ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਕਿਰਪਾ ਹੈ ਇਸ ਸ਼ਹਿਰ ਨਿਵਾਸੀਆਂ ਦੇ ਉੱਤੇ ਇਹ ਬਣਾਈ ਰੱਖਣਾ ਤਾਂ ਜੋ ਜਿਹੜੇ ਜਜ਼ਬਾ ਹੈ ਇਹ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਭਰਿਆ ਰਹੇ ਔਰ ਸਮਾਜ ਦੇ ਸੇਵਾ ਦੇ ਕੰਮਾਂ ਦੇ ਵਿੱਚ ਇਹ ਵੱਧ ਚੜ੍ਹ ਕੇ ਕਮੇਟੀ ਸੰਸਥਾ ਹੈ ਜਿਹੜੀ ਇੱਕਦਮ ਪਾਲੀ ਰਹੇ। ਵਿਸ਼ੇਸ਼ ਤੌਰ 'ਤੇ ਇੱਥੇ ਤਰਸੇਮ ਚੰਦ ਜੀ ਸਿੰਗਲਾ ਜੋ ਲੁਧਿਆਣੇ ਤੋਂ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ, ਰਾਜ ਕੁਮਾਰ ਜੀ ਸੰਸਥਾ ਦੇ ਪ੍ਰਧਾਨ ਨੇ ਅਤੇ ਸਾਡੇ ਆਪਣਾ ਨਗਰ ਕੌਂਸਲ ਦੇ ਪ੍ਰਧਾਨ ਰਣਵੀਰ ਜੀ, ਯੂਥ ਅੱਡੇਵਾਲ ਸਮਾਜ ਪ੍ਰਧਾਨ ਸੋਨੀ ਝਰੂਰ ਜੀ, ਸਚਿਨ ਅਜਾਜ ਜੀ, ਮੋਹਨਦਾਸ ਜੀ, ਰਾਜ ਕੁਮਾਰ ਜੀ ਸਾਡੇ ਅੱਡੇਵਾਲ ਧਰਮਸ਼ਾਲਾ ਦੇ ਪ੍ਰਧਾਨ ਨੇ, ਹੋਰ ਵੀ ਜਿੰਨੇ ਵੀ ਮੇਰੇ ਨਾਇਨ ਮਸੂਲ ਜੀ, ਜਿੰਨੇ ਵੀ ਸਾਰੇ ਸੱਜੋ ਸਮਾਂ ਕੱਢ ਕੇ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਦੁਬਾਰਾ ਫਿਰ ਮਾਂ ਚਰਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਸਾਰਿਆਂ ਦੇ ਮਾਂ ਕਿਰਪਾ ਬਣਾਈ ਰੱਖੇ। ਬਹੁਤ ਸੱਚੇ ਦਰਬਾਰ ਕੀ ਭਾਈਚਾਰੇ ਨੂੰ ਵੀ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਹੈ। ਅੱਜ ਮਾਤਾ ਰਾਣੀ ਦੇ ਜੋ ਨਵਰਾਤਰੇ ਨੇ ਸ਼ੁਰੂ ਹੋ ਚੁੱਕੇ ਨੇ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਨਰਾਤਿਆਂ ਦੇ ਵਿੱਚ ਜੋ ਵੀ ਸੰਗਤ ਹੈ ਸ਼ਰਧਾ ਦੇ ਨਾਲ, ਪੂਰੀ ਸ਼ਰਧਾ ਦੇ ਨਾਲ ਹਿੰਦੂ ਧਰਮ ਦੇ ਵਿੱਚ ਮਨਾਏ ਜਾਂਦੇ ਨੇ ਅਤੇ ਮਨਾਏ ਜਾਂਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਜੀ, ਜੈ ਮਾਤਾ ਜੀ। ਪਿਛਲੇ 20 ਸਾਲ ਸੇ ਹਮਾਰੇ ਰਾਜ ਗੋਇਲ ਜੀ ਕੀ ਅਧਿਕਸ਼ਤਾ ਮੇਂ ਹਮਾਰੇ ਸਭੀ ਮੈਂਬਰੋਂ ਕੇ ਸਹਿਯੋਗ ਸੇ, ਸ਼ਹਿਰ ਵਾਸੀਓ ਕੇ ਸਹਿਯੋਗ ਸੇ ਯੇ ਲੰਗਰ ਚੱਲ ਰਹਾ ਹੈ, ਜੋ ਮਾਤਾ ਨੈਣਾ ਦੇਵੀ ਕੇ ਦਰਸ਼ਨੋਂ ਕੇ ਲੀਏ ਜਾਤੇ ਹੈ, ਉਨਕੇ ਲੀਏ। ਸੋ ਸਭੀ ਆਏ ਹੋਏ ਭਗਤੋਂ ਕਾ ਹਾਰਦਿਕ ਸਵਾਗਤ ਕਰਤੇ ਹੈ, ਜੋ ਸ਼ਹਿਰ ਕੇ ਲੋਕ ਆਏ ਹੈ, ਹਮ ਉਨਕਾ ਵੀ ਮੰਦਿਰ ਕੀ ਔਰ ਸੇ, ਹਮਾਰੀ ਨੀਲਕੰਠ ਮਹਾਦੇਵ ਸੇਵਾ ਸੰਘ ਪਾਤਰਾ ਲੁਧਿਆਣਾ ਕੇ ਔਰ ਸੇ ਹਾਰਦਿਕ ਸਵਾਗਤ ਕਰਤੇ ਹੈ, ਧੰਨਵਾਦ। ਹੈਪੀ ਪ੍ਰਧਾਨ ਜੀ, ਸਤਿਗੁਰੂ ਬਿਰਖ ਜੀ, ਲਾਲੀ ਜੀ, ਖਾਸ ਮੈਂ ਨਾ ਖੜਦੇ ਨੇ ਪਿੱਪਲ ਜੀ ਆ ਗਏ ਨਾ ਜੀ, ਮੈਨੂੰ ਲਾਈਨਸ ਲਾਈਫ ਲਾਈਨ ਲਾਈਵ ਕਲਬ ਲਾਈਵ ਰਾਜ
ਉਪਰਾਲਾ ਜੀ, ਜਦੋਂ ਮਹਾਮਾਈ ਦਾ ਨੈਣਾ ਦੇਵੀ ਦਾ ਚਾਲਾ ਹੁੰਦਾ ਤਾਂ ਜਿਹੜੀ ਇਹ ਸੰਸਥਾ ਨੀਲਕੰਠ ਮਹਾਦੇਵ ਸੰਘ ਇਹ ਹਰ ਸਾਲ ਭੰਡਾਰਾ ਲਾਉਂਦੀ ਹੈ ਅਤੇ ਜਿਹੜੇ ਆਉਣ ਵਾਲੇ ਯਾਤਰੀਆਂ ਨੂੰ ਸੁਵਿਧਾ ਪ੍ਰਦਾਨ ਕਰਦੀ ਹੈ, ਕਿਉਂਕਿ ਬਹੁਤ ਲੋਕ ਪੈਦਲ ਚੱਲ ਕੇ ਆਉਂਦੇ ਨੇ, ਕੋਈ ਸਾਈਕਲਾਂ 'ਤੇ ਆਉਂਦੇ ਨੇ, ਉਹਨਾਂ ਦੇ ਲੰਗਰ ਪਾਣੀ ਦੀ ਵਿਵਸਥਾ ਹੁੰਦੀ ਹੈ। ਵੈਸੇ ਵੀ ਇਹ ਜਿਹੜੀ ਸੰਸਥਾ ਹੈ ਹਰ ਕੰਮ ਦੇ ਵਿੱਚ ਮੋਹਰੀ ਹੋ ਕੇ, ਜਿਸ ਤਰ੍ਹਾਂ ਕੋਈ ਹਰਿਦੁਆਰ ਦੇ ਨੀਲਕੰਠ ਮਹਾਸੇਵ ਉੱਥੇ ਵੀ ਸੇਵਾ 'ਤੇ ਲੰਗਰ ਲਾਉਂਦੀ ਹੈ। ਸੋ ਬਹੁਤ ਵਧੀਆ ਬੱਚੇ ਨੇ, ਚੰਗੇ ਅੱਛੇ ਘਰਾਂ ਦੇ ਲੋਕ ਨੇ ਔਰ ਇਹ ਵੱਧ ਚੜ੍ਹ ਕੇ ਸਮਾਜ ਦੀ ਸੇਵਾ ਕਰਦੇ ਨੇ। ਸੋ ਮੈਂ ਤਾਂ ਇੱਕੋ ਹੀ ਆਪਣੇ ਮਾਤਾ ਦੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਸਮਾਜ ਦੇ ਉੱਤੇ, ਇਹਨਾਂ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਕਿਰਪਾ ਬਣਾਈ ਰੱਖਣ। ਅਤੇ ਭੰਡਾਰਾ ਜੀ ਸ਼੍ਰੀ ਬਿਰਜਲਾਲ ਮੈਮੋਰੀਅਲ ਬਿਰਧ ਆਸ਼ਰਮ ਅਤੇ ਨੀਲਗੰਠ ਸੇਵਾ ਦਲ ਵੱਲੋਂ ਲਾਇਆ ਗਿਆ। ਤਕਰੀਬਨ ਇਹ ਹਰ ਸਾਲ ਹੀ ਲੱਗਦਾ, ਕਈ ਇੱਕੀਵਾਂ ਭੰਡਾਰਾ ਇਹ ਲਗਾਤਾਰ ਲਗਾਇਆ ਜਾ ਰਿਹਾ ਹੈ ਔਰ ਇਹਦੇ ਨਾਲ ਸਾਰੇ ਸ਼ਹਿਰ ਦਾ ਸਹਿਯੋਗ ਹੈ ਸਾਡੀ ਕਮੇਟੀ ਦਾ, ਕਿਉਂਕਿ ਜਿਹੜੇ ਇਸ ਸਮੇਂ ਕਾਰਡ ਲੈ ਕੇ ਆਉਂਦੇ ਨੇ ਲੋਕ, ਉਹਨਾਂ ਵਾਸਤੇ ਰਸਤੇ 'ਚ ਭੰਡਾਰੇ ਦੀ ਬੜੀ ਜ਼ਰੂਰਤ ਹੁੰਦੀ ਹੈ। ਆਰਾਮਗਾਹ, ਇੱਥੇ ਆਰਾਮਗਾਹ ਵੀ ਹੈ, ਆਰਾਮ ਵੀ ਕਰ ਸਕਦੇ ਨੇ ਉਹ। ਅਤੇ ਭੰਡਾਰਾ ਬੜੀ ਸ਼ਾਂਤੀ ਨਾਲ, ਬੜੇ ਪਿਆਰ ਨਾਲ ਭਰਪੂਰ ਚੱਲਦਾ ਔਰ ਸਮਾਪਤ। ਅਤੇ ਸ਼੍ਰੀ ਨੀਲਕੰਠ ਮਹਾਦੇਵ ਕੀ ਜੈ। ਅੱਜ ਦਾ ਇਹ ਭੰਡਾਰਾ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੰਘ ਪਾਤਰਾਂ ਲੁਧਿਆਣਾ ਵੱਲੋਂ ਰਾਜਕੁਮਾਰ ਜੀ ਗੋਇਲ ਪ੍ਰਧਾਨ ਦੀ ਸਰਪ੍ਰਸਤੀ ਹੇਠ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਜੋ ਵੀ ਮਾਤਾ ਦੇ ਭਗਤ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਵਾਸਤੇ ਜਾਂਦੇ ਹਨ ਪਿਛਲੇ 20 ਸਾਲ ਤੋਂ, ਉਹਨਾਂ ਵਾਸਤੇ ਇੱਥੇ ਲਗਾਤਾਰ ਭੰਡਾਰਾ ਇਸੇ ਤਰ੍ਹਾਂ ਚੱਲ ਰਿਹਾ ਹੈ। ਸੋ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਆ ਕੇ ਲੰਗਰ ਛਕ ਕੇ ਜਾਣ। ਜਿੰਨੇ ਵੀ ਇੱਥੇ ਬੰਦੇ ਆਏ ਨੇ, ਅਸੀਂ ਉਹਨਾਂ ਦਾ ਮੰਦਿਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਰਣਵੀਰ ਸਿੰਘ, ਪ੍ਰਧਾਨ ਨਗਰ ਕੌਂਸਲ ਪਾਤਰਾਂ, ਮੈਂਬਰ ਨੀਲਕੰਠ ਮਾਂ ਸੇਵਾ ਸੰਘ ਰਜਿਸਟਰਡ ਪਾਤਰਾਂ ਲੁਧਿਆਣਾ। ਇਹ ਜਿਹੜਾ ਲੰਗਰ ਹੈ, ਜਿਹੜਾ ਬਿਰਧ ਆਸ਼ਰਮ ਲਾਲਾ ਬਿਰਜਲਾਲ ਮੈਮੋਰੀਅਲ ਬਿਰਧ ਆਸ਼ਰਮ ਦੇ ਵਿੱਚ ਲੰਗਰ ਚੱਲ ਰਿਹਾ ਵਾ, ਇਹ ਲੰਗਰ ਜਿਹੜਾ ਹੈਗਾ 1996 ਤੋਂ ਸ੍ਰੀ ਤਰਸੇਮ ਚੰਦ ਸਿੰਗਲਾ ਜੀ
ਲੁਧਿਆਣੇ ਵਾਲੇ ਬਾਬੂ ਰਾਜ ਕੁਮਾਰ ਜੀ ਬਤੌਰ ਪ੍ਰਧਾਨ ਅਤੇ ਸਾਡੇ ਸ਼ਹਿਰ ਦੇ ਬੜੇ ਮਸ਼ਹੂਰ ਨੇ, ਉਹ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਹੈ ਇਹ 1996 ਤੋਂ ਲੈ ਕੇ ਹੈ ਕਿ ਅਸੀਂ 28 ਸਾਲ ਮਤਲਬ 29ਵਾਂ ਜਿਹੜਾ ਭੰਡਾਰਾ ਇਹ ਆਪਾਂ ਲਾ ਰਹੇ ਹਾਂ। ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਹੈ, ਜਿੰਨੀ ਵੀ ਸੰਗਤ ਮਾਤਾ ਨੈਣਾ ਦੇਵੀ ਜਾਂਦੀ ਹੈ ਉਹਨਾਂ ਦੇ ਲੰਗਰ ਲਾਇਆ ਜਾ ਰਿਹਾ ਵਾ। ਔਰ ਇੱਕ ਵਾਰੀ ਜਿਹੜਾ ਆਇਆ ਸੀ ਮਾਰਚ ਮਹੀਨੇ ਵਿੱਚ ਬਾਬਾ ਨੀਲਕੰਠ ਜਿਹੜਾ ਮਹਾਸੇਵ ਬਾਬਾ ਜੀ ਉਹਨਾਂ ਦੇ ਯਾਦ ਦੇ ਵਿੱਚ ਉਹਨਾਂ ਦੇ ਲਈ ਲੰਗਰ ਜਿਹੜਾ ਉਹ ਅਸੀਂ ਨੀਲਕੰਠ ਲਾ ਕੇ ਆਉਂਦੇ ਨੇ। ਉਹ ਲੰਗਰ ਵੀ ਜਿਹੜਾ ਹੈਗਾ ਸ਼ਹਿਰ ਨਿਵਾਸੀ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਜਿਹੜੀ ਸੇਵਾ ਕਰਦੇ ਨੇ ਉਹ ਸਾਰੀ ਸੇਵਾ ਇਕੱਠੀ ਕਰਕੇ ਲੰਗਰ ਲੈ ਕੇ ਜਾਂਦੇ ਨੇ। ਸਾਡੇ ਮੈਂਬਰ ਸਾਹਿਬਾਨ ਜਿਹੜੇ ਨੇ ਉਹ ਸੇਵਾ ਕਰਦੇ, ਚੇਅਰਮੈਨ ਸਾਹਿਬ ਬਾਬੂ ਆਪਣੇ ਤਰਸੇਮ ਸਿੰਘ ਰਾਜ ਜੀ ਜੇ ਆਪਣੇ ਰਾਜ ਕੁਮਾਰ ਪ੍ਰਧਾਨ ਜੀ ਉਹ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈ ਉਹਨਾਂ ਦੀ ਨਿਗਰਾਨੀ ਹੇਠ ਜਿਹੜਾ ਲੰਗਰ ਲੱਗਦਾ ਇਹ ਜਿਹੜਾ ਅੱਜ ਅਸੀਂ 1/8/2024 ਲੰਗਰ ਸ਼ੁਰੂ ਕੀਤਾ ਵਾ। 14/8/2024 ਤੱਕ ਜਿਹੜਾ ਲੰਗਰ ਹੈ ਇਹ ਚੱਲਣਾ ਵਾ। ਇਹ 14 ਦਿਨ ਜਿਹੜਾ ਲੰਗਰ ਹੈ ਇਹ ਮਾਤਾ ਦੀ ਅਪਾਰ ਕਿਰਪਾ ਬਾਬੇ ਛੋਟੇ ਵਾਲੇ ਦੀ, ਬਾਬਾ ਮੁਨੀ ਜੀ ਜੇ ਸੰਤ ਵਾਪਸ ਨੇ ਕੋਇਨਾਥ ਪੋਲੇ ਭੰਡਾਰੀ ਸ਼ਿਵਜੀ ਮਹਾਰਾਜ ਦੀ ਕੋਇਨਾਥ ਦੀ ਕਿਰਪਾ ਨਾਲ ਅਤੇ ਮਾਤਾ ਦੀ ਕਿਰਪਾ ਨਾਲ ਜਿਹੜਾ ਲੰਗਰ ਹੈ ਚੱਲਣਾ ਵਾ। ਸੰਗਤ ਲਈ ਜਿਹੜੀ ਸੇਵਾ ਕੀਤੀ ਜਾ ਰਹੀ ਨੈਣਾ ਦੇਵੀ ਮੰਦਰ ਜਾਂਦੇ ਯਾਤਰੀ ਰਾਤ ਰਹਿਣ ਵਾਸਤੇ ਬਕਾਇਆ ਤੌਰ 'ਤੇ ਉਹਨਾਂ ਜਗ੍ਹਾ ਬਣਾਈ ਗਈ ਹੈ, ਰਾਤ ਆਰਾਮ ਕਰ ਸਕਦੇ ਨੇ। ਜੇ ਕੋਈ ਆਰਾਮ ਨਹੀਂ ਕਰਦਾ ਲੰਗਰ ਛੱਕ ਕੇ ਜਾਣਾ ਚਾਹੁੰਦਾ ਵਾ ਤਾਂ ਲੰਗਰ ਜਿਹੜਾ ਹੈਗਾ ਉਹ ਸਾਡੇ ਸੇਵਾਦਾਰ ਲੱਗੇ ਹੋਏ ਨੇ, ਉਹ ਲਗਾਤਾਰ ਲੰਗਰ ਛਕਾਉਂਦੇ ਨੇ। ਲੰਗਰ ਤੁਹਾਡੇ ਸਾਹਮਣੇ ਤਿਆਰ ਹੈ, ਜੋ ਲੰਗਰ ਬਣਾਇਆ ਵਾ ਉਹ ਮਾਤਾ ਦੇ ਆਪਾਰ ਕਿਰਪਾ ਨਾਲ ਤਿਆਰ ਹੋਇਆ। ਅੱਜ ਦੇ ਭੰਡਾਰੇ ਵਿੱਚ ਪੂੜੀ ਹੈ, ਸਬਜ਼ੀ ਹੈ, ਆਪਣਾ ਪੇਠਾ ਵਾ, ਜਲੇਬੀ ਹੈ, ਦਹੀਂ ਖੀਰ ਦਾ ਪ੍ਰਸ਼ਾਦ ਹੈ, ਇਹ ਤਿਆਰ ਹੈ।